ਗਾयक ਸ਼ੁਭ ਨੇ ਬਾਲੀਵੁੱਡ ਦੀ ਕਿਹੜੀ ਐਕਟ੍ਰੈਸ ਨੂੰ ਚਵਲ ਕਹਿ ਦਿੱਤਾ ਹੈ ਤੁਸੀਂ ਬਾਲੀਵੁੱਡ ਦੀ ਐਕਟ੍ਰੈਸ ਨੂੰ ਚਵਲ ਕਹਿ ਦਿੱਤਾ ਹੈ ਉਹ ਚਵਲ ਕੌਣ ਹੈ ਇਸ ਔਰਤ ਬਾਰੇ ਤੁਸੀਂ ਇਸ਼ਾਰਾ ਕੀਤਾ ਉਸ ਔਰਤ ਬਾਰੇ ਸਾਰੀ ਦੁਨੀਆ ਜਾਣਦੀ ਹੈ ਕੋਈ ਵੀ ਜਨਾਨੀ ਹੋਵੇ ਜਿਹਦੀ ਪੰਜਾਬ ਦੇ ਨਾਲ ਨਾ ਬੰਦੀ ਹੋਵੇ ਕਿ ਜਨਾਨੀ ਨੂੰ ਚਾਹੇ ਜਨਾਨੀ ਚੰਗੀ ਆ ਚਾਹੇ ਮਾੜੀ ਆ ਜਾਂ ਉਹਦਾ ਕਿਰਦਾਰ ਕੀ ਆ ਕੀ ਕੰਮ ਕਰਦੇ ਨੇ ਵਿਵਾਦਾਂ ਵਿੱਚ ਰਹਿੰਦੇ ਨੇ ਫਿਲਮਾਂ ਚੱਲਦੀਆਂ ਨਹੀਂ ਚੱਲਦੀਆਂ ਆਈਆਂ ਫਿਰ ਉਹਨਾਂ ਨੂੰ ਆਪਾਂ ਚਵਲ ਜਨਾਨੀ ਨਾ ਕਹਿੰਦੇ ਤੇ ਚੰਗਾ ਹੁੰਦਾ ਮੁੰਡੇ ਗੁੱਸੇ ਦੇ ਵਿੱਚ ਮੁੰਡੇ ਨੇ ਗੁੱਸਾ ਕੱਢਿਆ ਗਿਆ ਹਾਲਾਂਕਿ ਬਾਲੀਵੁੱਡ ਦੇ ਵਿੱਚ ਕਈ ਅਦਾਕਾਰ ਹੈ ਜਿਨ੍ਹਾਂ ਨੇ ਖਾਸ ਕਰਕੇ ਕਿਸਾਨੀ ਅਧੋਲਨ ਦੇ ਵਿੱਚ ਬਹੁਤ ਸਾਰੀਆਂ ਭੈੜੀਆਂ ਭੈੜੀਆਂ ਟਿੱਪਣੀਆਂ ਕੀਤੀਆਂ ਤੇ ਅਜਿਹੇ ਲੋਕ ਨੇ ਬਾਲੀਵੁੱਡ ਦੇ ਵਿੱਚ ਜਿਹੜੇ ਫਲॉप ਨੇ ਜਿਹੜੇ ਫਿਲਮਾਂ ਚੱਲਦੀਆਂ ਨਹੀਂ ਗਈਆਂ ਟੀਆਰਪੀ ਲੈਣ ਵਾਸਤੇ ਵੇ ਟੰਗੇ ਗੱਲਾਂ ਕਰਦੇ ਨੇ ਗੱਲ ਚਵਲ ਵਾਲੀ ਕੀਤੀ ਹੈ ਮੈਨੂੰ ਲੱਗਦਾ ਹੈ ਕਿ ਸ਼ੋਭ ਨੂੰ ਅਜਿਹੀਆਂ ਚੀਜ਼ਾਂ ਤੋਂ ਗਰੇਜ਼ ਕਰਨਾ ਚਾਹੀਦਾ ਸੀ ਕਿਉਂਕਿ ਇਸ ਇੰਡਸਟਰੀ ਦੇ ਵਿੱਚ ਪੈਸਾ ਵੀ ਆ ਰਤਬਾ ਵੀ ਟੌਰ ਵੀ ਆ ਸ਼ੌਹਰਤ ਵੀ ਆ ਨਸ਼ਾ ਵੀ ਆ ਜਿਉਂ ਵਾਦ ਤੇ ਸਾਡੇ ਕਿਸਾਨਾਂ ਦਾ ਦਲਜੀਤ ਦਸਾਂਝ ਦਾ ਵੀ ਬਾਲੀਵੁੱਡ ਦੇ ਕਈ ਐਕਟ੍ਰੈਸ ਦੇ ਨਾਲ ਰਿਹਾ ਸੀ ਪਰ ਉਹਦੀ ਸ਼ਬਦਾਵਲੀ ਠੀਕ ਸੀ ਜਦੋਂ ਦਲਜੀਤ ਦਸਾਂਝ ਹੋਣਾ ਦੀ ਇੱਕ ਬਾਲੀਵੁੱਡ ਦੀ ਐਕਟ੍ਰੈਸ ਹੈ ਕੰਗੜਾ ਨਰੋਤ ਕੰਗੜਾ ਨਰੋਤ ਨਾਲ ਪੇਚਾ ਪਿਆ ਰਿਆ ਛੱਡੀਆਂ ਹੋਰ ਵੀ ਬੀਬੀਆਂ ਨੇ ਕੰਗੜਾ ਨਰੋਤ ਦਾ ਮੂੰਹ ਭੰਨਿਆ ਸੀ ਗੱਲਾਂ ਦੇ ਰਹੀ ਨੂੰ ਰੋਪੜ ਲਾ ਕੇ ਘੇਰ ਵੀ ਲਿਆ ਸੀ ਸ਼ੋਭ ਨੇ ਗੁੱਸੇ ਦੇ ਵਿੱਚ ਆ ਕੇ ਲਿਖ ਦਿੱਤਾ ਜਾਂ ਸ਼ੋਭ ਨੂੰ ਲੱਗਾ ਕਿ ਮੇਰਾ ਪ੍ਰੋਗਰਾਮ ਕੈਂਸਲ ਹੋ ਗਏ ਨੇ ਤੇ ਮੈਂ ਗੁੱਸਾ ਕਰਦਾ ਹੈਗਾ ਕਿ ਸ਼ੋਭ ਦੇ ਪ੍ਰੋਗਰਾਮ ਕੈਂਸਲ ਕਰਾਉਣ ਦੇ ਪਿੱਛੇ ਮਾਫੀਆ ਇਕੱਠਾ ਹੋ ਗਿਆ ਵੈ ਚਾਰੇ ਪਾਸੇ ਲੱਗਦਾ ਕਿ ਉਹਨੂੰ ਗੁੱਸਾ ਆਇਆ ਹੋਇਆ ਵੀ ਮੇਰੇ ਸ਼ੋਅ ਤੋਂ ਕੈਂਸਲ ਹੋਏ ਨੇ ਤੇ ਉਹ ਆਪਣਾ ਗੁੱਸਾ ਕਿੱਦਾਂ ਕਿੱਦਾਂ ਕੱਢਣ ਦੀ ਕੋਸ਼ਿਸ਼ ਕੀਤੀ ਵੀ ਮੇਰੇ ਤੇ ਇੰਨੀ ਭੰਦੀਆਂ ਟਿੱਪਣੀਆਂ ਕੀਤੀਆਂ ਹੁਣ ਮੈਂ ਜਵਾਬ ਜਿਹੜਾ ਦੇਣਾ ਉਹ ਗਾਣੇ ਰਾਈਂ ਦੇ ਦੇਣਾ ਹੈ प्रदीप ਸਿਆਣੇ ਕਹਿੰਦੇ ਹੈਗੇ ਨੇ ਕਿ ਜਦੋਂ ਕਿਸੇ ਘਰ ਦਾ ਕੁੰਡਾ ਖੜਕਾ ਉਹਨਾਂ ਕੋਈ ਜਵਾਕ ਬਾਹਰ ਨਿਕਲਾਵੇ ਨਾ ਤਾਂ ਉਹਨੂੰ ਕਹੋ ਕਿ ਯਾਰ ਤੇਰੀ ਆ ਮਾਂ ਦਾ ਖਸਮ ਹੈਗਾ ਕਰ ਜਿਹੋ ਕਹਦੇ ਕਿ ਨਾ ਕਿ ਯਾਰ ਬੇਟਾ ਤੇਰੀ ਮੰਮੀ ਦਾ ਘਰ ਵਾਲਾ ਜਾਂ ਤੇਰਾ ਪਾਪਾ ਘਰ ਹੈਗਾ ਫਿਰ ਉਹਨੂੰ ਗੁੱਸਾ ਨਹੀਂ ਆਊਗਾ ਨਾ ਪ੍ਰੋਗਰਾਮ ਸੋਲਾ ਨੇ ਸੱਚ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਮਨਦੀਪ ਸਿੰਘ ਗਾਇਕ ਸ਼ੁਭ ਨੇ ਬੋਲੀਵੁੱਡ ਦੀ ਕਿਹੜੀ ਐਕਟ੍ਰੈਸ ਨੂੰ ਚਵਲ ਕਹਿ ਦਿੱਤਾ ਹੈ ਸ਼ੁਭ ਦੀ ਬੀਤੇ ਦਿਨ ਇੱਕ ਐਲਬਮ ਰਿਲੀਜ਼ ਹੁੰਦੀ ਹੈ ਜਿਹਦੇ ਵਿੱਚ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਨਾਲ ਹੀ ਗੱਲ ਕਰਾਂਗੇ ਨਜੋਤ ਸਿੰਘ ਸਿੱਧੂ ਨੇ ਐਲਾਨ ਕੀਤਾ ਹੈ ਕਿ ਉਹ ਕਾਂਗਰਸ ਪਾਰਟੀ ਦੇ ਵਰਕਰਾਂ ਨਾਲ ਮਿਲਣਗੇ ਨਾਲ ਹੀ ਗੱਲ ਕਰਾਂਗੇ ਸੁਜਿੰਦਰ ਦਾਵਾ ਤੇ ਸੁਨੀਲ ਜਾਖੜ ਦੀ ਆਪਸ ਦੇ ਵਿੱਚ ਕਿਉਂ ਖੜਕ ਪਈ ਇਨੋ ਮੁੱਦਿਆਂ ਤੇ ਗੱਲ ਕਰਾਂਗੇ ਮੇਰੇ ਨਾਲ ਇਹਨਾਂ ਤਿੰਨੋਂ ਮੁੱਦਿਆਂ ਤੇ ਗੱਲ ਕਰਨ ਵਾਸਤੇ ਜੁੜੇ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਪੁੱਲਰ ਪੁੱਲਰ ਸਾਹਿਬ ਸ਼ੁਭਦੀ ਪਿਛਲੇ ਦਿਨਾਂ ਦੇ ਵਿੱਚ ਕੰਟਰੋਵਰਸੀ ਵੀ ਹੋਈ ਪਰ ਉਹਨਾਂ ਨੇ ਇੱਕ ਐਲਬਮ ਦੇ ਵਿੱਚ ਇੱਕ ਗਾਣਾ ਆਇਆ ਜਿਹਦੇ ਵਿੱਚ ਉਹਨਾਂ ਨੇ ਕਿਸੇ ਬਾਲੀਵੁੱਡ ਦੀ ਐਕਟ੍ਰੈਸ ਨੂੰ ਚਵਲ ਕਹਿ ਦਿੱਤਾ ਉਹ ਚਵਲ ਕੌਣ ਹੈ ਮਨਦੀਪ ਸਭ ਤੋਂ ਵੱਡੀ ਗੱਲ ਹੈ ਕਿ ਸ਼ਬਦ ਦੀ ਏਜ ਛੋਟੀ ਆ ਮੰਜ਼ਿਲ ਵੱਡੀ ਹੈਗੀ ਆ ਸੋਚ ਸਮਝ ਕੇ ਬੋਲਣਾ ਚਾਹੀਦਾ ਕਿਉਂਕਿ ਲੰਮਾ ਸਫਰ ਆ ਵਿਵਾਦਾਂ ਤੋਂ ਦੂਰ ਰਹਿਣਾ ਚਾਹੀਦਾ ਹੈਗਾ ਸਿਆਣੇ ਕਹਿੰਦੇ ਨੇ ਕਿ ਜੇ ਗੰਦ ਦੇ ਵਿੱਚ ਛੋਟੀ ਮਾਰੋ ਤੇ ਪਹਿਲਾਂ ਛਿੱਟੇ ਆਪ ਪੈਂਦੇ ਨੇ ਤੇ ਇਸ ਕਰਕੇ ਕੋਈ ਵੀ ਜਨਾਨੀ ਹੋਵੇ ਜਿਹਦੀ ਪੰਜਾਬ ਦੇ ਨਾਲ ਨਾ ਬੰਦੀ ਹੋਵੇ ਸਿੱਖ ਕੌਮ ਲੈ ਕੇ ਪੰਜਾਬ ਨੂੰ ਲੈ ਕੇ ਜਿਸਨੇ ਵੀ ਕਿਸੇ ਵੀ ਬਾਲੀਵੁੱਡ ਦੀ ਅਦਾਕਾਰ ਨੇ ਟਿੱਪਣੀਆਂ ਕੀਤੀਆਂ ਸੀ ਤੁਸੀਂ ਅਜਿਹਾ ਸ਼ਬਦ ਨਾ ਬੋਲਦੇ ਤੇ ਚੰਗੀ ਗੱਲ ਆ ਕਿਉਂਕਿ ਇੱਕ ਜਨਾਨੀ ਨੂੰ ਚਾਹੇ ਜਨਾਨੀ ਚੰਗੀ Echa y María. ਜਾ ਉਹਦਾ ਕਿਰਦਾਰ ਕੀ ਹੈ ਕੀ ਕੰਮ ਕਰਦੇ ਨੇ ਵਿਵਾਦਾਂ ਵਿੱਚ ਰਹਿੰਦੇ ਨੇ ਫਿਲਮਾਂ ਚੱਲਦੀਆਂ ਨਹੀਂ ਚੱਲਦੀਆਂ ਆਈਆਂ ਪਰ ਇੱਕ ਔਰਤ ਨੂੰ ਇੱਕ ਜਨਨੀ ਨੂੰ ਜਿਹਨੇ ਜਗ ਜਨਨੀ ਕਿਹਾ ਜਾਂਦਾ ਹੈਗਾ ਅਗਰ ਉਹਨਾਂ ਨੂੰ ਆਪਾਂ ਚਵਲ ਜਨਾਨੀ ਨਾ ਕਹਿੰਦੇ ਤੇ ਚੰਗਾ ਹੁੰਦਾ ਕਿਉਂਕਿ ਇਹਦੇ ਕਹਿਣ ਦੇ ਨਾਲ ਸ਼ਬਦ ਦੇ ਕਹਿਣ ਦੇ ਨਾਲ ਕਿਸੇ ਨੂੰ ਫਰਕ ਨਹੀਂ ਪੈਣਾ ਲੇਕਿਨ ਖਾਸ ਕਰਕੇ ਜਿਹੜੇ ਸ਼ੋਭ ਨੂੰ ਚਾਹਣ ਵਾਲੀਆਂ ਲੜਕੀਆਂ ਵੀ ਹੋਣਗੀਆਂ ਚੰਗੇ ਸੁਲਝੇ ਹੋਏ ਉਹਦੇ ਸਰੋਤੇ ਵੀ ਹੋਣਗੇ ਉਹ ਕਹਿਣਗੇ ਕਿ ਮੁੰਡਾ ਪਟ ਗਿਆ ਮੁੰਡਾ ਗੁੱਸੇ ਦੇ ਵਿੱਚ ਮੁੰਡੇ ਨੇ ਗੁੱਸਾ ਕੱਢਿਆ ਗਿਆ ਅਸੀਂ ਆਪਣੇ ਗੁੱਸੇ ਦੇ ਵਿੱਚ ਅਜਿਹੇ ਸ਼ਬਦ ਨਹੀਂ ਬੋਲਣੇ ਚਾਹੀਦੇ ਕਿਉਂਕਿ ਜਨਾਨੀ ਹੈ ਆਪਣੇ ਘਰ ਦੇ ਵਿੱਚ ਵੀ ਜਿਹੜੀਆਂ ਧੀਆਂ ਪੈਣਾ ਸੀ ਉਸ ਕਦਰ ਦੇ ਨਾਲ ਆ ਕਿਉਂਕਿ ਇਸੇ ਕਰਕੇ ਤੇ ਬਹੁਤ ਔਰਤ ਨੂੰ ਬਹੁਤ ਵੱਡਾ ਨਾਂ ਕਿਹਾ ਜਾਂਦਾ ਨਾ ਕਿ ਔਰਤ ਜਿੰਨਾ ਔਰਤ ਦੇ ਵਿੱਚ ਸੰਤੁਸ਼ਟੀ ਹੈ ਜਿੰਨੀ ਔਰਤ ਦੇ ਵਿੱਚ ਸ਼ੈਨ ਸ਼ਕਤੀ ਹੈ ਜਿੰਨਾ ਔਰਤ ਨੂੰ ਅਸੀਂ ਜਿਸ ਦੀ ਕੋਖੋਂ ਪੀਰ ਪਗੰਬਰ ਗੁਰੂ ਫਕੀਰ ਪੈਦਾ ਹੋਏ ਸੂਰਬੀਰ ਪੈਦਾ ਹੋਏ ਤੇ ਅਸੀਂ ਇੱਕ ਜਨਾਨੀ ਨੂੰ ਚਵਲ ਜਨਾਨੀ ਕਹਿਣਾ ਹੈ ਮੈਨੂੰ ਲੱਗਦਾ ਸ਼ੋਭ ਨੂੰ ਅਜਿਹੇ ਮਸਲਿਆਂ ਦੇ ਵਿੱਚ ਅਜਿਹੇ ਲੋਕਾਂ ਨੂੰ ਨਜ਼ਰਦਾਸ਼ ਕਰਨਾ ਚਾਹੀਦਾ ਅਜਿਹੇ ਲੋਕਾਂ ਦੇ ਟਿੱਪਣੀ ਨਹੀਂ ਕਰਨੀ ਚਾਹੀਦੀ ਹੈਗੀ ਔਰ ਸਾਰੀ ਦੁਨੀਆ ਨੂੰ ਪਤਾ ਪਰ ਘੱਟੋ ਘੱਟ ਮੈਨੂੰ ਲੱਗਦਾ ਕਿ ਇਸ ਨੌਜਵਾਨ ਗਾਇਕ ਤੋਂ ਜਿਸ ਤੋਂ ਬਹੁਤ ਸਾਰੀਆਂ ਉਮੀਦਾਂ ਨੇ ਤੁਹਾਡੇ ਗਾਣੇ ਚੰਗੇ ਚੱਲਦੇ ਨੇ ਤੁਸੀਂ ਅਜਿਹੇ ਸ਼ਬਦਾਂ ਦਾ ਇਸਤੇਮਾਲ ਕਰੋ ਤੇ ਚੰਗੀ ਗੱਲ ਹੈ ਇਹ ਇੱਕ ਔਰਤ ਨੂੰ ਤੁਸੀਂ ਬੁਰਾ ਭਲਾ ਕਹਿਣਾ ਹੈਗਾ ਉਹ ਸਾਰੀਆਂ ਔਰਤਾਂ ਤੇ ਤੁਸੀਂ ਟਾਰਗੇਟ ਕਰ ਦਿੰਦੇ ਹੋ ਤੇ ਇਸ ਕਰਕੇ ਤੁਹਾਡੇ ਪਹਿਲਾਂ ਵੀ ਵਿਵਾਦਾਂ ਵਿਵਾਦਾਂ ਦੇ ਵਿੱਚ ਅਖਹਿੜਾ ਛੁੱਟਾ ਹੈ ਹਾਲਾਂਕਿ ਜਿਸ ਔਰਤ ਬਾਰੇ ਤੁਸੀਂ ਇਸ਼ਾਰਾ ਕੀਤਾ ਉਸ ਔਰਤ ਬਾਰੇ ਸਾਰੀ ਦੁਨੀਆ ਜਾਣਦੀ ਆ ਪਰ ਆਪਾਂ ਕਿਸੇ ਨੂੰ ਕਿਉਂ ਕਹਿਣਾ ਇਹ ਇੱਕ ਔਰਤ ਦੇ ਖਿਲਾਫ ਅਜਿਹੇ ਸ਼ਬਦਾਂ ਦੇ ਫਿਰ ਉਹਨਾਂ ਦੇ ਵਿੱਚ ਤੇ ਤੁਹਾਡੇ ਵਿੱਚ ਕੋਈ ਫਰਕ ਨਹੀਂ ਰਹਿੰਦਾਗਾ ਹਾਲਾਂਕਿ ਬਾਲੀਵੁੱਡ ਦੇ ਵਿੱਚ ਕਈ ਅਦਾਕਾਰ ਹੈ ਜਿਨ੍ਹਾਂ ਨੇ ਖਾਸ ਕਰਕੇ ਕਿਸਾਨੀ ਅंदोलਨ ਦੇ ਵਿੱਚ ਬਹੁਤ ਸਾਰੀਆਂ ਭੜੀਆਂ ਭੜੀਆਂ ਟਿੱਪਣੀਆਂ ਕੀਤੀਆਂ ਸਾਡੀਆਂ ਜਿਹੜੀਆਂ ਮਾਈਆਂ ਭੈਣਾਂ ਜਿਹੜੀਆਂ ਉੱਥੇ ਜਾ ਕੇ ਸੰਘਰਸ਼ ਉਹਨਾਂ ਨੂੰ ਕਿਹਾ ਕਿ ਇਹ ਦਿਹਾੜੀਆਂ ਤੇ ਆਉਂਦੀਆਂ ਰਹੀਆਂ ਉਹ ਵੀ ਲੋਕ ਹੈਗੇ ਨੇ ਪਰ ਹੁਣ ਇਹ ਜਿਹੜਾ ਸ਼ੋਭ ਨੇ ਜਿਸ ਬਾਲੀਵੁੱਡ ਐਕਟ੍ਰੈਸ ਬਾਰੇ ਬੋਲਿਆ ਉਹ ਮੈਨੂੰ ਲੱਗਦਾ ਕਿ ਤੁਸੀਂ ਉਹਦਾ ਕਹਿ ਦੋ ਕਿ ਅਜਿਹੇ ਲੋਕ ਨੇ ਬਾਲੀਵੁੱਡ ਦੇ ਵਿੱਚ ਜਿਹੜੇ ਫਲॉप ਨੇ ਜਿਹੜੇ ਫਿਲਮਾਂ ਚੱਲਦੀਆਂ ਨਹੀਂ ਗਈਆਂ ਟੀਆਰਪੀ ਲੈਣ ਵਾਸਤੇ ਬੇ ਢੰਗੇ ਗੱਲਾਂ ਕਰਦੇ ਨੇ ਤੇ ਮੈਨੂੰ ਲੱਗਦਾ ਕਿ ਜਿਹੜਾ ਉਹਨਾਂ ਨੇ ਇਹ ਕੀ ਗਲਚਵਲ ਵਾਲੀ ਗੱਈਤੀ ਹੈ ਮੈਨੂੰ ਲੱਗਦਾ ਕਿ ਸ਼ੋਭ ਨੂੰ ਅਜਿਹੀਆਂ ਚੀਜ਼ਾਂ ਤੋਂ ਗਰੇਜ਼ ਕਰਨਾ ਚਾਹੀਦਾ ਸੀ ਪਿਛਲੇ ਦਿਨਾਂ ਦੇ ਵਿੱਚ ਬੜਾ ਵਿਵਾਦ ਹੋਇਆ ਸਿੰਗਰਾਂ ਦੇ ਨਾਲ ਵੀ ਵਿਵਾਦ ਹੋਇਆ ਬਾਲੀਵੁੱਡ ਵਰਸਸ ਕਿਸਾਨੀ ਅੰਦੋਲਨ ਵੀ ਇੱਦਾਂ ਹੋਇਆ ਹੈ ਪਰ ਜਿਹੜਾ ਸ਼ੁਭ ਜਿਹੜਾ ਪਿੱਛੇ ਵੀ ਉਹਨਾਂ ਨਾਲ ਵਾਕਿਆ ਹੋਇਆ ਹਾਲਾਂਕਿ ਟੈਂਸ਼ਨ ਇਹ ਨਹੀਂ ਹੋ ਸਕਦੀ ਕਿ ਸ਼ੁਭ ਨੇ ਉਹ ਜਿਹੜਾ ਨਕਸ਼ਾ ਵੀ ਹੈ ਉਹ ਜਾਣ ਕੇ ਪਾਇਆ ਹੋਵੇ ਤੇ ਇਦਾਂ ਦੀ ਗਲਤੀ ਤੋਂ ਉਹਨਾਂ ਬਚਣਾ ਵੀ ਚਾਹੀਦਾ ਹੈਗਾ ਵੀ ਪਿੱਛੇ ਉਹਨਾਂ ਦੇ ਸ਼ੋ ਵੀ ਰੱਦ ਹੋਏ ਨੇ ਸਪਾਂਸਰਸ਼ਿਪ ਵਾਪਿਸ ਹੋਈ ਹੈ ਕਿੰਨਾ ਨੁਕਸਾਨ ਵੀ ਹੋਇਆ ਉਹਨਾਂ ਦਾ ਮੈਂ ਵੀ ਕਹਿ ਰਿਹਾ ਕਿ ਉਮਰ ਛੋਟੀ ਆ ਮੰਜਲ ਵੱਡੀ ਆ ਸ਼ੋਹਰਤ ਬਹੁਤ ਜ਼ਿਆਦਾ ਮਿਲ ਚੁੱਕੀ ਹੈ ਤੇ ਸ਼ੋਹਰਤ ਹਰ ਕੋਈ ਪਛਾਣ ਨਹੀਂ ਸਕਦਾ ਹੈਗਾ ਸ਼ਾਇਦ ਸ਼ੁਭ ਨਹੀਂ ਹਲੇ ਸ਼ੋਹਰਤ ਪਛਾਣ ਪਾ ਰਿਹਾ ਹੈਗਾ ਕਿਉਂਕਿ ਇਸ ਇੰਡਸਟਰੀ ਦੇ ਵਿੱਚ ਪੈਸਾ ਵੀ ਆ ਰਤਬਾ ਵੀ ਟੌਰ ਵੀ ਆ ਸ਼ੋਹਰਤ ਵੀ ਆ ਨਸ਼ਾ ਵੀ ਆ ਸਭ ਕੁਝ ਆ ਹੈ ਨਾ ਹਾਲਾਂਕਿ ਜਿਹੜਾ ਉਸ ਜਿਸ ਸ਼ਬਦ ਦਾ ਵਿਵਾਦ ਉੱਠਿਆ ਸੀ ਜਿਹੜਾ ਨਕਸ਼ਾ ਜਿਹੜਾ ਬੰਬੇ ਦੇ ਵਿੱਚ ਪੋਸਟਰ ਪਾੜੇ ਗਏ ਸੀ ਉਹਦਾ ਪ੍ਰੋਗਰਾਮ ਕੈਂਸਲ ਹੋਏ ਨੇ ਉਹਦੇ ਵਿੱਚ ਅਧੂਰਾ ਦਿਖਾਏਗਾ ਜਿਹੜਾ ਸ਼ੁਭ ਨੇ ਪਾਇਆ ਸੀ ਹੋਰ ਸੀ ਲੇਕਿਨ ਕਿਉਂਕਿ ਅੱਜ ਕੱਲ੍ਹ ਇਹ ਹਿੰਦੁਸਤਾਨ ਦੇ ਵਿੱਚ ਸੋਸ਼ਲ ਮੀਡੀਆ ਬਹੁਤ ਦਾ ਡਾਕਟਰਡ ਕਰਕੇ ਛੀਡਖਾਨੀ ਕਰਕੇ ਪਾਉਂਦੇ ਹੁੰਦੇ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਗਿਆ ਤੁਹਾਡੀ ਆਵਾਜ਼ ਦੇ ਵਿੱਚ ਵੀ ਤੁਸੀਂ ਕੀ ਗਾਲਾਂ ਤੁਸੀਂ ਭਾਵੇਂ ਕਿਸੇ ਨੂੰ ਨਾ ਕੱਢੀਆਂ ਹੋਣ ਠੀਕ ਹੈ ਤੇ ਤੁਹਾਡੀ ਆਵਾਜ਼ ਕੱਢ ਕੇ ਪੇਸ਼ ਕਰਦੇ ਤੁਸੀਂ ਪੁਲਿਸ ਕੋ ਭੁਗਤਦੇ ਰਹੋ ਵੀ ਮੇਰੀ ਆਵਾਜ਼ ਨਹੀਂ ਹੈ ਚੈੱਕ ਕਰੋ ਫਿਰ ਚੈੱਕ ਕਰਾਉਂਦੇ ਫਿਰਨਗੇ ਇਸ ਕਰਕੇ ਇਹ ਇਹ ਲੋਕਾਂ ਨੂੰ ਖਾਸ ਕਰਕੇ ਨਾ ਵਿਵਾਦ ਤੋਂ ਦੂਰ ਰਹਿਣਾ ਚਾਹੀਦਾ ਹੁਣ ਵਿਵਾਦ ਤੇ ਸਾਡੇ ਕਿਸਾਨਾਂ ਦਾ ਦਲਜੀਤ ਦੇ ਸਾਜ ਦਾ ਵੀ ਬਾਲੀਵੁੱਡ ਦੇ ਕਈ ਐਕਟ੍ਰੈਸ ਦੇ ਨਾਲ ਰਿਹਾ ਸੀ ਪਰ ਉਹਦੀ ਸ਼ਬਦਾਵਲੀ ਠੀਕ ਸੀ ਜਦੋਂ ਦਲਜੀਤ ਦੇ ਸਾਂਝ ਹੋਣਾਂ ਦੀ ਇੱਕ ਬਾਲੀਵੁੱਡ ਦੀ ਐਕਟਰਸ ਹੈ ਜਿਹੜੀ ਕੀ ਉਹਦਾ ਨਾਮ ਸੀ ਕੰਗੜਾ ਰਣੋਦ ਕੰਗੜਾ ਰਣੋਦ ਨਾ ਪੇਚਾ ਪਿਆ ਰਿਆ ਲੇਕਿਨ ਦਲਜੀਤ ਦਸਾਂਜ ਨੇ ਅਜੇ ਹੀ ਭੱਦੀ ਟਿੱਪਣੀਆਂ ਨਹੀਂ ਸੀ ਕੀਤੀਆਂ ਅਜੇ ਹੀ ਭੱਦੀ ਸ਼ਬਦਾਬਲੀ ਨਹੀਂ ਸੀ ਵਰਤੀ ਗਈ ਸਾਡੀਆਂ ਹੋਰ ਵੀ ਬੀਬੀਆਂ ਨੇ ਕੰਗੜਾ ਨਰੋਤ ਦਾ ਮੂੰਹ ਪੱਨਿਆ ਸੀ ਗੱਲਾਂ ਦੇ ਰਹੀ ਫਿਰ ਉਹਨੂੰ ਮਾਫੀ ਵੀ ਮੰਗਣੀ ਪਈ ਸੀ ਫਿਰ ਬੀਬੀਆਂ ਸਾਡੀਆਂ ਮਾਵਾ ਭੈਣਾਂ ਨੇ ਉਹਨੂੰ ਰੋਪੜ ਲਾ ਕੇ ਘੇਰ ਵੀ ਲਿਆ ਸੀ ਲੇਕਿਨ ਕਿਸੇ ਔਰਤ ਨੇ ਉਹਨੂੰ ਬੁਰਾ ਭਲਾ ਨਹੀਂ ਬੋਲਿਆ ਨਾ ਜਾਤ ਨੀ ਨੋਲੀ ਹੈਗੀ ਤੇ ਦਲਜੀਤ ਦਸਾਂਜ ਦਾ ਵੀ ਬਾਲੀਵੁੱਡ ਦੇ ਵਿੱਚ ਕਿੰਨਾ ਵੱਡਾ ਕਿਉਂਕਿ ਬਾਲੀਵੁੱਡ ਦੇ ਬਹੁਤ ਜ਼ਿਆਦਾ ਧੜੇ ਨੇ ਕੋਈ ਨੇ ਜੋਰ ਦਾ ਤੁਹਾਡਾ ਕੋਈ ਸਲਮਾਨ ਖਾਨ ਦਾ ਤੁਹਾਡਾ ਕੋਈ ਆਮਰ ਖਾਨ ਦਾ ਤੁਹਾਡਾ ਕੋਈ ਅਕਸ਼ੇ ਕੁਮਾਰ ਦਾ ਤੁਹਾਡਾ ਕੋਈ ਦਾ ਹਮਤਾਬ ਚੰਦ ਦਾ ਤੁਹਾਡਾ ਦਿਉਲ ਪਰਿਵਾਰ ਦਾ ਤੁਹਾਡਾ ਬਹੁਤ ਸਾਰੇ ਤੁਹਾਡੇ ਨੇ ਸੰਜੇ ਜੱਤ ਦਾ ਆਪਣਾ ਤੁਹਾਡਾ ਅਜੇ ਦੇਵ ਦਾ ਆਪਣਾ ਤੁਹਾਡਾ ਤੇ ਉਹਦੇ ਚ ਹਾਲਾਂਕਿ ਦਲਜੀਤ ਸਾਹ ਜੇ ਨਵਾਂ ਚਿਹਰਾ ਪੈਰ ਨਹੀਂ ਸੀ ਜਮੇ ਲੇਕਿਨ ਉਹਨੇ ਬੜੇ ਸਾਫ ਸੁਥਰੇ ਢੰਗ ਨਾਲ ਪੰਜਾਬ ਦੀ ਗੱਲ ਕੀਤੀ ਕਿਸਾਨੀ ਦੀ ਗੱਲ ਕੀਤੀ ਔਰ ਉਸ ਬਾਲੀਵੁੱਡ ਐਕਟਰਸ ਨੇ ਜਿਨ੍ਹਾਂ ਨੇ ਕਿਸਾਨੀ ਦੌਲਨ ਬਾਰੇ ਬਹੁਤ ਮਾੜਾ ਚੰਗਾ ਬੋਲਿਆ ਸੀ ਇਸ ਕਰਕੇ ਉਹ ਅਜਿਹੇ ਸ਼ਬਦ ਨਹੀਂ ਵਰਤੇ ਆਗੇ ਹੁਣ ਪਤਾ ਨਹੀਂ ਸਵਾਲ ਕਿ ਸ਼ੋਭ ਨੇ ਗੁੱਸੇ ਦੇ ਵਿੱਚ ਆ ਕੇ ਲਿਖ ਦਿੱਤਾ ਜਾਂ ਸ਼ੋਭ ਨੂੰ ਲੱਗਾ ਕਿ ਮੇਰਾ ਪ੍ਰੋਗਰਾਮ ਕੈਂਸਲ ਹੋ ਗਏ ਨੇ ਤੇ ਮੈਂ ਗੁੱਸਾ ਖੜਦਾ ਹੈਗਾ ਮੈਨੂੰ ਲੱਗਦਾ ਕਿ ਜਿਸ ਵੀ ਉਹਨੇ ਐਕਟਰਸ ਬਾਰੇ ਬੋਲਿਆ ਹੈਗਾ ਉਹਨੂੰ ਅਜਿਹੇ ਸ਼ਬਦ ਨਹੀਂ ਹੋਰ ਸ਼ਬਦ ਬਥੇਰੇ ਸੀ ਹੋਰ ਸ਼ਬਦਾਂ ਦੇ ਨਾਲ ਉਹਨਾਂ ਨੂੰ ਉਹਦਾ ਇਸ਼ਾਰਾ ਕੀਤਾ ਜਾ ਸਕਦਾ ਹੈ ਉਹਨਾਂ ਦਾ ਮੂੰਹ ਬੰਦ ਕੀਤਾ ਜਾ ਸਕਦਾ ਸੀ ਤੇ ਘੱਟੋ ਘੱਟ ਕਿਉਂਕਿ ਇਹ ਸ਼ੋਭਾ ਦੇ ਮੈਂ 22 23 24 ਸਾਲ ਦਾ ਉਹਨੂੰ ਲੰਮਾ ਸਫ਼ਰ ਹੈ ਲੰਮੀ ਇਸ ਸਿਆਸਤ ਇਸ ਇੰਡਸਟਰੀ ਦੇ ਵਿੱਚ ਪੈਰ ਜਮਾਉਣੇ ਆ ਗਏ ਨੇ ਤੇ ਤੁਸੀਂ ਵਿਵਾਦਾਂ ਦੇ ਵਿੱਚ ਦੂਰ ਹੋ ਕਿਉਂਕਿ ਤੁਹਾਡੇ ਸ਼ੋਰ ਆਦੋਏ ਨੇ ਉਹਦੇ 'ਚ ਪਤਾ ਨਹੀਂ ਕਿ ਭਾਜਪਾ ਦੇ ਜਿਹੜਾ ਯੁਵਾ ਮੋਰਚਾ ਉਹ ਸੀ ਕਿ ਜਾਂ ਬਾਲੀਵੁੱਡ ਵਾਲੇ ਜ਼ਿੰਮੇਵਾਰ ਸੀ ਜਾਂ ਸਾਡੀ ਪੰਜਾਬੀ ਇੰਡਸਟਰੀ ਦੇ ਜਿਹੜੇ ਸਿੰਗਰ ਉਹਨਾਂ ਦੇ ਹਾਂ ਤੁਸੀਂ ਕਿਉਂਕਿ ਅੱਜ ਕੱਲ ਇੰਡਸਟਰੀ ਦੇ ਵਿੱਚ ਚਾਹੇ ਉਹ ਬਾਲੀਵੁੱਡ ਇੰਡਸਟਰੀ ਆ ਚਾਹੇ ਪੰਜਾਬ ਦੀ 뮤직 ਜਾਂ ਫਿਲਮਾਂ ਵਾਲੀ ਇੰਡਸਟਰੀ ਆ ਇਹਦੇ ਵਿੱਚ ਵੀ ਬਹੁਤ ਵੱਡਾ ਮਾਫੀਆ ਕਿ ਕਿਹਦੀ ਫਿਲਮ ਕਿੰਨੇ ਸ਼ੋਅ ਲੱਗਣੇ ਨੇ ਕਿਹਦੇ ਕੈਂਸਲ ਕਰਾਉਣੇ ਨੇ ਕਿਹਦੇ ਦਿਨ ਮਿਥਨੇ ਨੇ ਕਿਹੜੇ-ਕਿਹੜੇ ਆਪਣੇ ਸਿਨੇਮੇ 'ਚ ਲੱਗਨੇ ਆਗੇ ਨੇ ਕਿਹੜਾ ਪ੍ਰੋਡਿਊਸਰ ਹੋਊਗਾ ਕਿਹੜੇ ਐਕਟਰ ਹੋਣਗੇ ਸਾਡੇ ਸਾਡੀ ਪੰਜਾਬ ਬਾਲੀਵੁੱਡ ਜਿਹਨੂੰ ਕਹਿੰਦੇ ਇਹਦੇ 'ਚ ਵੀ ਤਾਂ ਬਹੁਤ ਵੱਡੇ ਮਾਫੀਆ ਪੈਦਾ ਹੋ ਗਿਆ ਨਾ ਉਸ ਕਰਕੇ ਹੋ ਸਕਦਾ ਕਿ ਸ਼ੋਅ ਦੇ ਪ੍ਰੋਗਰਾਮ ਕੈਨਸਲ ਕਰਾਉਣ ਦੇ ਪਿੱਛੇ ਮਾਫੀਆ ਇਕੱਠਾ ਹੋ ਗਿਆ ਵੈ ਚਾਰੇ ਪਾਸੇ ਕਿਉਂਕਿ ਇਸੇ ਕਰਕੇ ਤੇ ਨੁਕਸਾਨ ਉਹਦਾ ਹੋਇਆ ਸਿੱਧੂ ਮੂਸੇਵਾਲੇ ਦਾ ਇਸੇ ਕਰਕੇ ਉਹਨੂੰ ਗੁੱਸਾ ਆਇਆ ਹੋਇਆ ਵੀ ਮੇਰੇ ਸ਼ੋਅ ਉਹ ਦੋ ਕੈਨਸਲ ਹੋਏ ਨੇ ਤੇ ਉਹ ਆਪਣਾ ਗੁੱਸਾ ਕਿੱਦਣਾ ਕਿੱਦਣਾ ਕੱਢਣ ਦੀ ਕੋਸ਼ਿਸ਼ ਕੀਤੀ ਵੀ ਮੇਰੇ ਤੇ ਇੰਨੀ ਭੱਦੀਆਂ ਟਿੱਪਣੀਆਂ ਕੀਤੀਆਂ ਹੁਣ ਮੈਂ ਜਵਾਬ ਜਿਹੜਾ ਦੇਣਾ ਉਹ ਗਾਣੇ ਰਾਈ ਦੇ ਦੇਣਾ ਹੈਗਾ ਮਨਦੀਪ ਸ਼ਿਆਣੇ ਕਹਿੰਦੇ ਹੈਗੇ ਨੇ ਕਿ ਜਦੋਂ ਕਿਸੇ ਘਰ ਦਾ ਕੁੰਡਾ ਖੜਕਾਉਣਾ ਕੋਈ ਜਵਾਕ ਬਾਹਰ ਨਿਕਲਾਵੇ ਨਾ ਤਾਂ ਉਹਨੂੰ ਕਹੋ ਕਿ ਯਾਰ ਤੇਰੀ ਮਾਂ ਦਾ ਖਸਮ ਹੈਗਾ ਕਰ ਉਹਨੂੰ ਗੁੱਸਾ ਆਊਗਾ ਤੇ ਜੇ ਉਹ ਕਹਦੇ ਕਿ ਨਾ ਕਿ ਯਾਰ ਬੇਟਾ ਤੇਰੀ ਮੰਮੀ ਦਾ ਘਰ ਵਾਲਾ ਜਾਂ ਤੇਰੇ ਪਾਪਾ ਘਰ ਹੈਗਾ ਫਿਰ ਉਹਨੂੰ ਗੁੱਸਾ ਨਹੀਂ ਆਊਗਾ ਨਾ ਤੇ ਉੱਥੇ ਜੇ ਤੁਸੀਂ ਚਵਲ ਜਨਾਨੀ ਦੇ ਵਿਦਾ ਇਹ ਹੀ ਕਹਿ ਸਕਦੇ ਕਿ ਇੱਕ ਅਜੀਹੀ ਬਾਲੀਵੁੱਡ ਦੀ ਐਕਟਰ ਹੈ ਜਿਹਦੇ ਕੁਝ ਪੱਲੇ ਨਹੀਂ ਹੈ ਜਿਹੜੀ ਟੀਆਰਪੀ ਦੀ ਭੁੱਖੀ ਫਿਲਮਾਂ ਫਲॉप ਹੈ ਕਿਵੇਂ ਕਿਸੇ ਨੂੰ ਅਵਾਰਡ ਮਿਲਦੇ ਹੈਗੇ ਤੁਸੀਂ ਉਹਦਾ ਵੀ ਬੋਲ ਸਕਦੇ ਮੈਨੂੰ ਲੱਗਦਾ ਕਿ ਇਹ ਸ਼ਬਦ ਤੋਂ ਅੰਗਰੇਜ਼ ਕਰਨਾ ਚਾਹੀਦਾ ਸੀ ਕਿਉਂਕਿ ਸ਼ੋਭ ਤੋਂ ਸਾਨੂੰ ਆਸਾਂ ਕਿਉਂਕਿ ਸ਼ੋਭ ਪੰਜਾਬ ਦੀ ਗੱਲ ਕਰਦਾ ਹੈਗਾ ਕੌਮ ਦੀ ਗੱਲ ਕਰਦੇਗਾ ਪੰਜਾਬ ਦੀ ਜਵਾਨੀ ਦੀ ਗੱਲ ਕਰਦਾ ਹੈਗਾ ਉਸ ਤੇ ਆਸਾਂ ਨੇ ਤੇ ਉਹਨੂੰ ਚਾਹੀਦਾ ਹੈਗਾ ਕਿ ਘੱਟੋ ਘੱਟ ਜਦੋਂ ਤੁਸੀਂ ਲਿਰਿਕ ਲਿਖਦੇ ਹੋ ਜਦੋਂ ਤੁਸੀਂ ਗੀਤ ਲਿਖਦੇ ਹੋ ਉਹ ਜਿਹੜੇ ਸ਼ਬਦ ਨਾ ਉਹ ਸ਼ਬਦ ਬੜੇ ਤੋਲ ਮੋਲ ਕੇ ਬੋਲਣੇ ਚਾਹੀਦੇ ਕਿਉਂਕਿ ਗਾਣੇ ਐਵਰ ਗ੍ਰੀਨ ਹੋ ਜਾਂਦੇ ਨੇ ਪੁਰਾਣੇ ਗਾਣੇ ਕਿਉਂ ਅੱਜ ਸਾਡੀਆਂ ਜਬਾਨਾਂ ਤੇ ਜਾਦ ਨਾ ਨਵੇਂ ਗਾਣੇ ਕੀ ਆ ਇੱਕ ਲਾਈਨ ਹੀ ਗਾਣੇ ਦੇ ਹੁੰਦੀ ਆ ਹਨਾ ਕੀ ਉਹ ਗਾਣਾ ਵਾ ਸ਼ੁਭ ਤਾਂ ਪਹਿਲਾਂ ਹੀ 24 ਇੰਚ ਦੇ ਟਾਇਰ ਪਵਾ ਕੇ ਹੋਰ ਤਾਂ ਕਿਸੇ ਨੂੰ ਦੂਜੀ ਲਾਈਨ ਨਹੀਂ ਨਾ ਜਿਆਦਾ ਹੈਗੀ ਹਣਾ ਤੇ ਤੁਸੀਂ ਸਰਜੀਤ ਬਿੰਦਰਖਿਆ ਸਾਹਿਬ ਦਾ ਗੁਰਦਾਸ ਬਾਨ ਦਾ ਸਿਰਿੰਦਰ ਸਿੰਦੇ ਦਾ ਪੰਮੀ ਬਾਈ ਦਾ ਸਾਰੇ ਗਾਣੇ ਲੁਕਣ ਪੂਰੇ-ਪੂਰੇ 5-5 ਗਾਣੇ ਦੇ ਟੱਪੇ ਉਦੋਂ 5-5 6-6 ਮਿੰਟ ਦਾ ਗਾਣਾ ਹੁੰਦਾ ਸੀ ਹੁਣ ਤੇ ਸਵਾ ਦੋ ਮਿੰਟ ਦਾ ਗਾਣਾ ਹੈ ਕਰ ਤੇ ਢਾਈ ਟੱਪਿਆਂ ਦੇ ਗਾਣੇ ਆ ਗਏ ਨੇ ਤੇ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਨਾ ਨਵੇਂ ਸਿੰਗਰਾਂ ਨੂੰ ਚਾਹੀਦਾ ਕਿ ਵਿਵਾਦਾਂ ਤੋਂ ਦੂਰ ਰਹਿਣਾ ਚਾਹੀਦਾ ਸਾਫ ਸੁਥਰੀ ਗਾਇਕੀ ਪੰਜਾਬ ਦੀ ਗਾਇਕੀ ਕਰਦੇ ਰੋ ਗੱਲ ਕਰਦੇ ਰੋਗਾ ਪਰ ਘੱਟੋ-ਘੱਟ ਜਦੋਂ ਤੁਸੀਂ ਲਿਰਿਕ ਰੱਖਦੇ ਹੋ ਉਸ ਤੋਂ ਥੋੜਾ ਗਰੇਜ ਕਰਨਾ ਚਾਹੀਦਾ ਤੁਹਾਡੇ ਕਹਿਣ ਤੇ ਉਹਨੂੰ ਜਿਸ ਬਾਰੇ ਤੁਸੀਂ ਟਿੱਪਣੀ ਕੀਤੀ ਹੈ ਉਹਦੇ ਮੋਢਿਆਂ ਤੇ ਸਟਾਰ ਲੱਤ ਨਹੀਂ ਜਾਣੇ ਹੈਗੇ ਤੇ ਜੇ ਤੁਸੀਂ ਉਹਨੂੰ ਕਹਿ ਦਿੱਤਾਗਾ ਤੇ ਲੋਕਾਂ ਨੂੰ ਵੀ ਪਤਾ ਕੌਣ ਕੀ ਆ ਪਰ ਮੈਨੂੰ ਲੱਗਦਾ ਕਿ ਸ਼ੋਭ ਨੂੰ ਘੱਟੋ ਘੱਟ ਜਿਹੇ ਸ਼ਬਦ ਖਾਸ ਕਰਕੇ ਕਿਸੇ ਵੀ ਔਰਤ ਬਾਰੇ ਕੋਈ ਕਿਸੇ ਵੀ ਕਿਸੇ ਦਾ کردار ਹੋਵੇ ਕੋਈ ਵੀ ਕਰੈਕਟਰ ਹੋਵੇ ਕੌਮ ਤੇ ਉਹਨੇ ਟਿੱਪਣੀਆਂ ਕੀਤੀਆਂ ਉਹਨੇ ਕਿਸਾਨੀ ਅੰਦੋਲਨ ਤੇ ਕਿਸੇ ਦੀ ਟਿੱਪਣੀਆਂ ਕੀਤੀਆਂ ਉਹਨੇ ਜਾਂ ਦੇਸ਼ ਬਾਰੇ ਗੱਲ ਕੀਤੀ ਹੋਵੇ ਜਾਂ ਕਿਸੇ ਵੀ ਬਾਰੇ ਕੋਈ ਵੀ ਆ ਚਾਹੀਏ ਸਪੋਰਟ ਬਾਲੀਵੁੱਡ ਦੇ ਵਿੱਚ ਆ ਕੋਈ ਪਾਲੀਵੁੱਡ ਦੇ ਵਿੱਚ ਆ ਕੋਈ ਅਫਸਰਸ਼ਾਹੀ ਦੇ ਵਿੱਚ ਆ ਕੋਈ ਪੋਲਿਟਿਕਸ ਦੇ ਵਿੱਚ ਆ ਮਤਲਬ ਹਰ ਖੇਤਰ ਦੇ ਵਿੱਚ ਜਿਹੜੀ ਵੀ ਕੋਈ ਔਰਤ ਆ ਠੀਕ ਆ ਕਟੂਕੜਾ ਆਪਾਂ ਉਸ ਤੇ ਟਿੱਪਣੀ ਕਰਨੀ ਸਾਨੂੰ ਗਰੇਜ਼ ਕਰਨੀ ਜਿਹਦਾ ਇਦਾਂ ਬਹੁਤ ਸਾਰੇ ਅਜਿਹੇ ਸਾਡੇ ਉਹ ਮੰਡੀਆਂ ਨੇ ਜਿਵੇਂ ਕਲਕੱਤੇ ਦੀ ਸੋਨਾ ਗਾਚੀਆ ਜਾਂ ਦਿੱਲੀ ਦਾ ਜਿਹਨੂੰ ਜੀਬੀ ਰੋਡ ਕਹਿੰਦੇ ਨੇ ਹਨਾ ਜੀ ਜਿੰਨਾਂ ਵਿਚਾਰੀਆਂ ਨੂੰ ਮਜਬੂਰੀ ਨਾਲ ਆਪਣਾ ਜਿਸਮ ਵੇਚਣਾ ਪੈਂਦਾ ਹੈਗਾ ਅਸੀਂ ਉਹ ਨਾ ਬਾਰੇ ਇਤਨੀ ਕੋਈ ਲੋਕ ਦੇਸ਼ ਦਾ ਟਿੱਪਣੀਆਂ ਕਰਦਾ ਹੈ ਨਾ ਤੇ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਕੋਈ ਵੀ ਹਰ ਇੱਕ ਆਪਣੇ profession ਚ ਤੁਸੀਂ ਆਪਣੀ ਮੰਜ਼ਿਲ ਟਾਰਗੇਟ ਰੱਖੋ ਤੁਸੀਂ ਕਿਸੇ ਬਾਰੇ ਕਿਸੇ ਦੇ ਟਿੱਪਣੀਆਂ ਜੇ ਇਹ ਕਰੋਗੇ ਤਾਂ ਤੁਸੀਂ ਹਮੇਸ਼ਾ ਵਿਵਾਦਾਂ 'ਚ ਕਰੋਗੇ ਲੌਂਗ ਰਨ ਤੁਹਾਨੂੰ ਫਾਇਦਾ ਨਹੀਂ ਹੋਊਗਾ ਸ਼ਾਰਟ ਟਰਮ ਠੀਕ ਹੈ ਤੁਹਾਨੂੰ ਅੱਜ 10 ਮਿਲੀਅਨ 50 ਮਿਲੀਅਨ 100 ਮਿਲੀਅਨ 200 ਮਿਲੀਅਨ ਬਿਲੀਅਨ ਹੋ ਜਾਣਗੇ ਤੁਹਾਡੇ ਵਿਊਜ਼ ਲੇਕਿਨ ਨਾਲ ਦੀ ਨਾਲ ਲੋਕੀ ਇਹ ਵੀ ਕਰਨਗੇ ਕਿ ਕਿ ਨਹੀਂ ਸ਼ੁਭਤ ਹੋਣੀ ਇਹ ਹਮੀਦ ਪੰਜਾਬ ਦਾ ਕੋਈ ਵੀ ਮੈਨ ਲੱਗਦਾ ਕਿਸੇ ਸਿੰਗਰ ਨੇ ਕਿਸੇ ਔਰਤ ਬਾਰੇ ਇਦਾਂ ਟਿੱਪਣੀ ਨਹੀਂ ਕੀਤੀ ਹੈ ਇਹਨੂੰ ਇਹ ਚੀਜ਼ਾਂ ਤੋਂ ਹਜੇ ਗੁਰੇਜ਼ ਕਰਨਾ ਚਾਹੀਦਾ ਹੈ ਸ਼ਾਇਦ ਅਗਲੇ ਟਾਈਮ ਦੇ ਵਿੱਚ ਸ਼ੁਭਾ ਇਸ ਗੱਲ ਤੋਂ ਜਾਂ ਗੱਲ ਸੁਣਨਗੇ ਤੇ ਸ਼ਾਇਦ ਸਮਝਣਗੇ ਕਿ ਅੱਗੇ ਦੀ ਮੈਂਦ ਦਾ ਕੰਮ ਨਾ ਕਰਾਂ ਅਗਲਾ ਜਿਹੜਾ ਮੁੱਦਾ ਹੈਗਾ ਨਵਜੋਤ ਸਿੰਘ ਸਿੱਧੂ ਜਿਹੜੇ ਹੈਗੇ ਨੇ ਅੱਜ ਕੱਲ ਸਿੱਧੂ ਨੇ ਐਲਾਨ ਕਰ ਦਿੱਤਾ ਹੈਗਾ ਕਿ ਮੈਂ ਕਾਂਗਰਸ ਪਾਰਟੀ ਦਾ ਵਰਕਰ ਆ ਲੈਣਾ ਹੈ ਪਰ ਕੰਮ ਤੇ ਰਾਜਾ ਵੜਿੰਗ ਦਾ ਜਿਹੜਾ ਪਾਰਟੀ ਵਰਕਰਾਂ ਨਾਲ ਮਿਲਣਾ ਇਹ ਸਿੱਧੂ ਸਾਹਿਬ ਨੂੰ ਕੀ ਹੋਇਆ ਵੀ ਹੁਣ ਉਹਨਾਂ ਨੇ ਸ਼ੁਰੂ ਕਰ ਦਿੱਤਾ ਮੈਂ ਹੁਣ ਕਾਂਗਰਸ ਪਾਰਟੀ ਦੇ ਵਰਕਰਾਂ ਨਾਲ ਸਿੱਧੀ ਮੁਲਾਕਾਤ ਕਰਾਂਗਾ ਨਹੀਂ ਜਿੱਥੋਂ ਤੱਕ ਰਾਜਾ ਮਰਿੰਦਰ ਸਿੰਘ ਵੜਿੰਗ ਦਾ ਸਵਾਲ ਆ ਉਹ ਵੀ ਪਾਰਟੀ ਵਰਕਰਾਂ ਦੇ ਵਿੱਚ ਬਹੁਤ ਜ਼ਿਆਦਾ ਰਹਿ ਰਹੇ ਉਹ ਸਟੇਜ ਤੇ ਵੀ ਨਹੀਂ ਬੈਠਦੇ ਉਹ ਤੇ ਵਰਕਰਾਂ ਦੇ ਵਿੱਚ ਜਾ ਕੇ ਬੈਠ ਨੇ ਕਾਂਗਰਸ ਪਾਰਟੀ ਦੇ ਵਾਸਤੇ ਕੰਮ ਕਰ ਰਹੇ ਲੇਕਿਨ ਲੀਡਰਸ਼ਿਪ ਵੀ ਨਾਲ ਚੱਲਣੀ ਪੈਂਦੀ ਹੈ ਕਿਉਂਕਿ ਕਾਂਗਰਸ ਪਾਰਟੀ ਦਾ ਕਲਚਰ ਬਹੁਤ ਮਾੜਾ ਇੱਥੇ ਕਹਿੰਦੇ ਕਿ ਜੇ ਬੰਦਾ 65 ਸਾਲ ਦਾ 70 ਸਾਲ ਦਾ 78 ਸਾਲ ਦਾ 80 ਸਾਲ ਦਾ ਉਹ ਯਾਗ ਲੀਡਰ ਨੌਜਵਾਨ ਉਤੇ ਮੰਨਦੇ ਨਹੀਂ ਅਗੇ ਇਸੇ ਕਰਕੇ ਕਾਂਗਰਸ ਦਾ ਪੱਟਾ ਬੈਠਿਆ ਹੈਗਾ ਕਿਉਂਕਿ ਰਾਹੁਲ ਗਾਂਧੀ ਨੇ ਬੜੇ ਐਕਸਪੈਰੀਮੈਂਟ ਕੀਤੇ ਹਰਿਆਣੇ ਦੇ ਵਿੱਚ ਅਸ਼ੋਕ ਤਵਰ ਨੂੰ ਲਾਤਾ ਸੀ ਹੁੱਡੇ ਨੇ ਪੈਰ ਨਹੀਂ ਲੱਗਣ ਦਿੱਤੇ ਹੈਗੇ ਰਾਜਸਥਾਨ ਦੇ ਵਿੱਚ ਸਚਨ ਪਾਟੇ ਲਾਤਾ ਅਸ਼ੋਕ ਲੋਤ ਨੇ ਪੈਰ ਨਹੀਂ ਲੱਗਣ ਦਿੱਤੇ ਸੀ ਉੱਤਰ ਪ੍ਰਦੇਸ਼ ਚ ਉਹਨੇ ਜੋਤੀ ਸਿੰਧੀਆ ਜਿਹੜਾ ਸੀ ਉਹਨੂੰ ਲਾਇਆ ਸੀ ਉੱਤੇ ਕਮਲਾ ਤੇ ਪੈਰ ਨਹੀਂ ਲੱਗਣ ਦਿੱਤੇ ਸੀ ਉਹ ਹਰ ਕਿਉਂ ਭਾਜੀਪੀ ਚੱਲ ਗਿਆ ਭਾਜੀਪੀ ਨੂੰ ਉਹਨੂੰ ਸੈਂਟਰ ਚ ਵਜ਼ੀਰ ਬਣਾਤਾ ਤੇ ਇੱਥੇ ਰਾਜਾ ਮਰਿੰਦਰ ਸਿੰਘ ਉੜਿੰਗ ਵੀ ਹਜੇ ਕਿੰਨੇ ਗਿਆ 45-40 ਸਾਲ ਦੀ ਉਮਰ ਹੈ ਗਿਆ لیکن سوال ਹੈ ਕਿ ਹੁਣ ਰਾਜਾ ਵੜਿੰਗ ਦੀਆਂ ਰੈਲੀਆਂ ਜਾਂ ਨਵਜੋਤ ਸਿੰਘ ਸਿੱਧੂ ਦੀਆਂ ਰੈਲੀਆਂ ਜਾਂ ਪ੍ਰਤਾਪ ਸਿੰਘ ਬਾਜਵਾਦ ਰੈਲੀਆਂ ਹੁਣ ਸਵਾਲ ਹੈ ਕਿ ਵਰਕਰ ਚਾਹੁੰਦੇ ਕਿੰਨੂ ਨੇ ਹੁਣ ਇਹ ਸਵਾਲ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਕੇ ਸਿਰਫ ਫੋਨ ਕਰਕੇ ਥੋੜਾ ਕਹਿੰਦੇ ਹੋਣਗੇ ਕਿ ਯਾਰ ਮੇਰੀ ਰੈਲੀ ਰੱਖੋ ਜਿਹੜੇ ਲੋਕ ਸੁਣੋਤੇ ਨੇ ਜਾਂ ਜਿਹਨਾਂ ਨੂੰ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਨੂੰ ਜਾਂ ਪੰਜਾਬ ਦਾ ਬੇੜਾ ਪਾਰ ਕਰ ਸਕਦੇ ਨੇ ਜਾਂ ਹੁਣ ਪੰਜਾਬ ਇੱਕ ਉਸ ਸਥਿਤੀ ਦੇ ਵਿੱਚ ਡੁੱਬਿਆ ਜਿਹਦਾ ਮਲਾ ਹਣਾ ਉਸ ਡੁੱਬੇ ਹੋਏ ਕਿਸ਼ਤੀ ਦੇ ਜਿਹੜਾ ਮਲਾਬ ਉਹ ਨਵਜੋਤ ਸਿੰਘ ਸਿੱਧੂ ਹੋ ਸਕਦਾ ਜਾਂ ਲੋਕ ਨਵਜੋਤ ਸਿੰਘ ਸਿੱਧੂ ਦੇ ਰੂਪ ਦੇ ਵਿੱਚ ਇੱਕ ਬਦਲ ਦੇਖ ਰਹੇ ਨੇ ਹੁਣ ਸਭ ਤੋਂ ਪਹਿਲੀ ਗੱਲ ਇੱਕ ਮirajਪਿੰਡ ਦੇ ਵਿੱਚ ਉਹ ਰਾਜਵੀਰ ਉਹਨਾਂ ਨੇ ਕੀਤੀ ਮirajਪਿੰਡ ਦੇ ਵਿੱਚ ਰੈਲੀ ਹੁਣ ਭਲਕੇ ਜਿਹੜੀ ਰੈਲੀ ਆ ਉਹ ਇੱਥੇ ਹੋ ਰਹੀ ਆ ਕੋਟ ਸ਼ਮੀਰ ਜਿਹੜੇ ਹਰਵਿੰਦਰ ਸਿੰਘ ਲਾਡੀ ਹੋਣੀ ਕਰਵਾ ਰਹੇ ਨੇ ਜਿਹੜੀ ਉਹ ਪਿਛਲੀ ਵਾਰ 2022 ਦੇ ਵਿੱਚ ਆਮ ਕਾਂਗਰਸ ਪਾਰਟੀ ਦੇ ਉਮੀਦਵਾਰ ਸੀ ਹਾਰ ਗਏ ਸੀ ਉਥੇ ਪਿੰਡਾਂ ਦੇ ਸਰਪੰਚਾਂ ਨੇ ਇਕੱਠ ਕਰਦੇ ਤਾਂ ਉੱਥੇ ਭਾਜਣਾ ਪਈ ਹੋਈਆਂ ਨੇ ਖੁਸ਼ਬਾਦ ਸਿੰਘ ਜਟਾਣਾ ਜਿਹੜੇ ਬਠਿੰਡਾ ਦਿਹਾਤੀ ਦੇ ਪ੍ਰਧਾਨ ਨੇ ਹਣਾ ਉੱਪਰ ਉਹ ਹਰਵਿੰਦਰ ਸਿੰਘ ਲਾਡੀ ਕਰਵਾ ਰਹੇ ਨੇ ਸਰਪੰਚਾ ਨੇ ਲਿਖ ਕੇ ਦੇ ਦਿੱਤਾ ਜਿਹੜੇ ਕਾਂਗਰਸ ਪਾਰਟੀ ਦੇ ਜੁੜੇ ਕਿ ਨਹੀਂ ਨਵਜੋਤ ਸਿੰਘ ਸਿੱਧੂ ਦੀ ਰੈਲੀ ਹੋਣੀ ਚਾਹੀਦੀ ਆ ਹੁਣ 9 ਤਰੀਕ ਨੂੰ ਨਵਜੋਤ ਸਿੰਘ ਸਿੱਧੂ ਦੀ ਰੈਲੀ ਹਾਰਪੁਰ ਹੋ ਰਹੀ ਆ ਮਤਲਬ ਇਹਦਾ ਕੀ ਮਤਲਬ ਆ ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੀ ਜਨਤਾ ਕੋਈ ਨਾ ਕੋਈ ਜ਼ਿੰਮੇਵਾਰੀ ਦੇ ਵਿੱਚ ਦੇਖਣਾ ਚਾਹੁੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦਾ ਭਲਾ ਕਰ ਸਕਦੇ ਨੇ ਉਹ ਪੰਜਾਬ ਦੀ ਗੱਲ ਕਰਦੇ ਨੇ ਉਹ ਲੋਕ ਚਾਹੁੰਦੇ ਨੇ ਉਹ ਤਾਂ ਕਹਿੰਦੇ ਨੇ ਹੋਰ ਕੋਈ ਮੁੱਖ ਮੰਤਰੀ ਨਾ ਕੈਪਟਨ ਮਿਰਿੰਦਰ ਸਿੰਘ ਦੇ ਵਿੱਚ ਹਿੰਮਤ ਸੀ ਨਾ ਬਾਦਲ ਸਾਹਿਬ ਦੇ ਵਿੱਚ ਹਿੰਮਤ ਸੀ ਨਾ ਹੁਣ ਭਗਵੰਤ ਮਾਨ ਸਾਹਿਬ ਦੇ ਵਿੱਚ ਹਿੰਮਤ ਆ ਜਿਹੜੇ ਕਹਿੰਦੇ ਨੇ ਕਦੀ ਕਿਹਾ ਨਹੀਂ ਇਹਨਾਂ ਨੇ ਕਿ ਆਵਾਗਾ ਵਪਾਰ ਖੁੱਲਣਾ ਚਾਹੀਦਾ ਹੈਗਾ ਲੇਕਿਨ ਨਵਜੋਤ ਸਿੰਘ ਸਿੱਧੂ ਕਹਿੰਦੇ ਨੇ ਵਪਾਰ ਖੁੱਲਣਾ ਚਾਹੀਦਾ ਹੈਗਾ ਨੇ ਠੀਕ ਆ ਕਿਉਂਕਿ ਉਹ ਕਹਿੰਦੇ ਨੇ ਕਿ ਜੇ ਕਰਾਚੀ ਦਾ ਤੇ ਬੰਬੇ ਦਾ ਵਪਾਰ ਹੋ ਸਦਾ ਗੁਜਰਾਤ ਦਾ ਤੇ ਉਤੇ ਵਪਾਰ ਹੋ ਸਕਦਾ ਫਿਰ ਲਾਹੌਰ ਦਾ ਦੇ ਅੰਮ੍ਰਿਤਸਰ ਦਾ ਕਿਉਂ ਨਹੀਂ ਵਪਾਰ ਹੋ ਸਕਦਾ ਜੇ ਪੰਜਾਬ ਦਾ ਤੇ ਲਾਹੌਰ ਦਾ ਕਿਉਂ ਨਹੀਂ ਵਪਾਰ ਹੋ ਸਕਦਾ ਇਸ ਕਰਕੇ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਗੱਲ ਕਰਦੇ ਨੇ ਪੰਜਾਬ ਦੀ ਅਕਾਡਮੀ ਦੀ ਖੁਸ਼ਹਾਲੀ ਬਾਰੇ ਗੱਲ ਕਰਦੇ ਨੇ ਹੋਰ ਕੋਈ ਲੀਡਰ ਡਰਦਾ ਗੱਲ ਕਰਦਾ ਕਿਉਂਕਿ ਇੱਕ ਸਭ ਤੋਂ ਵੱਡੀ ਗੱਲ ਹੈ ਕਿ ਸਿਆਣੇ ਕਹਿੰਦੇ ਨੇ ਜਿਹਦੇ ਪੱਲੇ ਸੱਚ ਉਹ ਕੋਠੇ ਚੜ੍ਹ ਕੇ ਨੱਚਦਾ ਇਸ ਟਾਈਮ ਨਵਜੋਤ ਸਿੰਘ ਸਿੱਧੂ ਨੇ ਕੋਠੇ ਚੜ੍ਹ ਕੇ ਨੱਚਰੇ ਨਾਲ ਕਾਂਗਰਸ ਪਾਰਟੀ ਦੇ ਵਰਕਰ ਵੀ ਹੁਣ ਇਹ ਤਿੰਨ ਰੈਲੀਆਂ ਤੇ ਹੈ ਇੱਕ ਹੋ ਗਈ ਇੱਕ ਕੱਲ ਹੋਣੀ ਇੱਕ ਨੌ ਨੂੰ ਹੋਣੀ ਉਸ ਤੋਂ ਬਾਅਦ ਵੀ ਸ਼ਾਇਦ ਕਿਸੇ ਹੋਰ ਜ਼ਿਲ੍ਹੇ ਦੇ ਵਿੱਚ ਹੋ ਜੇ ਪਰ ਹੁਣ ਉਹਨਾਂ ਨੇ ਕਹਿੰਦਾ ਕਿ ਹੁਣ ਮੈਂ ਵਰਕਰਾਂ ਨੂੰ ਹਫਤੇ 'ਚ ਇੱਕ ਦਿਨ ਮਿਲਿਆ ਕਰਾਂਗੇ। ਉਹ ਪਟਿਆਲੇ ਵੀ ਵਰਕਰਾਂ ਨਾਲ ਮੁਲਾਕਾਤ ਹੋ ਸਕਦੀ, ਉਹ ਅੰਮ੍ਰਿਤਸਰ ਦੇ ਵਿੱਚ ਵੀ ਹੋ ਸਕਦੀ, ਉਹ ਕਿਸੇ ਪੰਜਾਬ ਦੇ ਕਿਸੇ ਹੋਰ ਜ਼ਿਲ੍ਹੇ ਦੇ ਵਿੱਚ ਵੀ ਹੋ ਸਕਦੀ ਹੈ। ਤੇ ਤੁਸੀਂ ਵਰਕਰ ਜਿਹੜੇ ਘਰ ਬੈਠਿਆਗੇ ਤੁਸੀਂ ਉਹਨਾਂ ਨੂੰ ਲਾਮਬੰਦ ਕਿਵੇਂ ਕਰਨਾ ਹੈਗਾ? ਫਿਰ ਤੁਸੀਂ ਵਰਕਰਾਂ ਦੇ ਨਾਲ ਨੁਕੜ ਮੀਟਿੰਗਾਂ ਕਹਿ ਲੋ, ਰੈਲੀਆਂ ਰੈਲੀਆਂ ਕਹਿ ਲੋ, ਮੰਤਨ ਕਹਿ ਲੋ, ਮੰਚਨ ਕਹਿ ਲੋ ਤਾਂ ਹੀ ਜੁੜ ਜੁੜਨਗੇ ਕਿਉਂਕਿ ਕਿੰਨਾ ਫਰਵਰੀ ਦੇ ਵਿੱਚ ਜਿੱਦਣ ਆ ਜੋਧਿਆ ਦੇ ਵਿੱਚ ਪਗਵਾਨ ਸ਼੍ਰੀ ਰਾਮ ਦੇ ਮੰਦਿਰ ਦਾ ਉਦਘਾਟਨ ਹੋ ਗਿਆ ਉਸ ਤੋਂ ਅਗਲੇ ਹਫਤੇ ਭਾਰਤੀ ਚੋਣ ਕਮਿਸ਼ਨ ਕਿਸੇ ਵੀ ਵੇਲੇ ਵੀ ਐਲਾਨ ਕਰ ਸਕਦੇ ਤੇ ਮੰਨ ਕੇ ਚੱਲ ਰਿਹਾ ਜਾ ਰਿਹਾ ਹੈ ਕਿ ਫਾਰਵੀਂ ਜਾਂ ਮਾਰਚ ਦੇ ਵਿੱਚ ਲੋਕ ਸਭਾ ਚੋਣਾਂ ਹੋ ਸਕਦੀਆਂ ਇਸ ਕਰਕੇ ਤੁਸੀਂ ਵਰਕਰਾਂ ਨੂੰ ਲਾਮਬਦ ਕਰਨਾ ਹੈਗਾ ਵਰਕਰਾਂ ਨੂੰ ਇਕੱਠੇ ਕਰਨਾ ਵਰਕਰਾਂ ਨੂੰ ਜੋੜ ਕੇ ਕਰਨਾ ਤੇ ਤੁਹਾਨੂੰ ਤਿਆਰੀਆਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਇਹਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਮੈਨੂੰ ਲੱਗਦਾ ਭਲਾ ਘਟ ਹੋਏਗਾ ਕਾਂਗਰਸ ਪਾਰਟੀ ਦਾ ਭਲਾ ਜ਼ਿਆਦਾ ਹੋਏਗਾ ਵਰਕਰ ਜੋੜਨਗੇ ਜਿਹੜੇ ਇਸ ਟਾਈਮ ਵਰਕਰ ਬੈਠੇ ਨੇ ਕਿਉਂਕਿ ਲੀਡਰਸ਼ਿਪ ਡਰੀ ਹੋਈ ਆ ਕਿਉਂਕਿ ਬਹੁਤ ਸਾਰਿਆਂ ਦੇ ਜਿਹੜੇ ਸਰਕਾਰ ਜਦੋਂ ਕਾਂਗਰਸ ਦੀ ਰਹੀ ਆ ਬਹੁਤਿਆਂ ਚੋਂ ਬਹੁਤ ਜਾਣੇ 1921 ਹੋਈ ਆ ਉਹ ਸਾਰੀਆਂ ਫਾਈਲਾਂ ਮਾਨ ਕੋਲਾ ਹੁਣ ਮਾਨ ਕਢਾ ਦਿੰਦਾ ਚੀਕਾ ਉਹਨੂੰ ਪਤਾ ਕੋਈ ਕਈਆਂ ਦੀਆਂ ਚੀਕਾਂ ਨਿਕਲੀਆਂ ਇਸ ਕਰਕੇ ਨਹੀਂ ਕਈ ਖੁੱਲ ਕੇ ਬੋਲਦੇ ਤੇ ਨਵਜੋਤ ਸਿੰਘ ਸਿੱਧੂ ਖੁੱਲ ਕੇ ਬੋਲਦੇ ਨੇ ਉਹ ਬਾਦਲਾਂ ਦੇ ਖਿਲਾਫ ਹੀ ਬੋਲਦੇ ਰਹੇ ਉਹ ਕੈਪਟਨ ਮਿਰਿੰਦਰ ਸਿੰਘ ਦੇ ਖਿਲਾਫ ਵੀ ਬੋਲਦੇ ਰਹੇ ਨੇ ਉਹ ਚੰਨੀ ਦੇ ਜਿਹੜੇ 111 ਦਿਨ ਉਹਦੇ 'ਚ ਵੀ ਕਿੰਤੂ ਪਰੰਤੂ ਕੀਤਾ ਚਾਹੇ ਉਹ ਡੀਜੀਪੀ ਨੂੰ ਲੈ ਕੇ ਚਾਹੇ ਐਡਵੋਕੇਟ ਜਰਨਲ ਨੂੰ ਲੈ ਕੇ ਉਹ ਕਰਦੇ ਰਹੇ ਤੇ ਉਹ ਹੁਣ ਵੀ ਕਰ ਰਹੇ ਨੇ ਇਸ ਕਰਕੇ ਕਾਂਗਰਸ ਪਾਰਟੀ ਦੇ ਲੀਡਰਾਂ ਨੂੰ ਜਾਂ ਪੰਜਾਬ ਦੀ ਜਨਤਾ ਨੂੰ ਲੱਗਦਾ ਹੈਗਾ ਕਿ ਨਵਜੋਤ ਸਿੰਘ ਸਿੱਧੂ ਇੱਕ ਨਵਾਂ ਵਿਕਲਪ ਹੋ ਸਕਦੇ ਨੇ ਇਸ ਕਰਕੇ ਉਹਨਾਂ ਦੀਆਂ ਰੈਲੀਆਂ ਜਾਂ ਮੀਟਿੰਗਾਂ ਉਹਨਾਂ ਨੇ ਆਪਣੀਆਂ ਸ਼ੁਰੂ ਕਰ ਰਹੀਆਂ ਕਿਉਂਕਿ ਪਹਿਲਾਂ 1 ਸਾਲ ਜੇਲ੍ਹ ਚ ਕਟਾਇਆ ਸੁਪਰੀਮ ਕੋਰਟ ਦੇ ਇਤਿਹਾਰ ਦੇ ਇਤਿਹਾਰ ਚ ਪਹਿਲੀ ਵਾਰ ਆਉਗੇ ਜਿਹਦੇ ਚ ਇੱਕ ਪੁਰਾਣੇ ਕੇਸ ਦੇ ਵਿੱਚ ਮੈਕਸਿਮਮ ਦਿੱਤੀ ਸਜ਼ਾ ਦਿੱਤੀ ਗਿਆ ਉਹ 1 ਸਾਲ ਉਥੇ ਰਹੇ ਨੇ ਫਿਰ ਉਹਨਾਂ ਦੀ ਮੈਸੇਜ ਬੜੀਓ ਬਿਮਾਰੀ ਚੋਂ ਬਾਹਰ ਨਿਕਲੇ ਨੇ ਤੇ ਹੁਣ ਉਹ ਕਹਿੰਦੇ ਕਿ ਤੰਦਰੁਸਤ ਨੇ ਪੂਰੀ ਤਰ੍ਹਾਂ ਤੋਂ ਹੁਣ ਫੀਲਡ ਦੇ ਵਿੱਚ ਆਉਣਗੇ ਔਰ ਪਟਿਆਲਾ ਨੂੰ ਉਹ ਆਪਣੀ ਜਨਮ ਭੂਮੀ ਮੰਨਦੇ ਨੇ ਅੰਬਰਸਰ ਨੂੰ ਆਪਣੀ ਕਰਮ ਭੂਮੀ ਮੰਨਦੇ ਨੇ ਇੱਕ ਜਿਹੜਾ ਮਸਲਾ ਇਹਦੇ ਨਾਲ ਹੀ ਕਿਦਰੇ ਕਾਂਗਰਸ ਨਾਲ ਜੁੜਿਆ ਹੋਇਆ ਸੁਪਾਲ ਸਿੰਘ ਖੈਰਾਵਾਲਾ ਸੁਰਪਾਲ ਖੇਰਾ ਦੇ ਜਿਹੜਾ ਪਰਚੇ ਲਗਾਤਾਰ ਹੋ ਰਹੇ ਨੇ ਜਦੋਂ ਜਮਾਨਤ ਮਿਲਦੀ ਉਸੇ ਦਿਨ ਪਰਚਾ ਹੋ ਜਾਂਦਾ ਸੁਨੀਲ ਜਾਖੜ ਤੇ ਰੰਧਾਵਾ ਸਾਹਿਬ ਦੀ ਖੜਕ ਜਾਂਦੀ ਆਪਸ ਦੇ ਵਿੱਚ ਪਰ ਸੁਨੀਲ ਜਾਖੜ ਸਾਹਿਬ ਦਾ ਧਿਆਨ ਬੀਜੇਪੀ 'ਚ ਘੱਟ ਤੇ ਕਾਂਗਰਸ ਜ਼ਿਆਦਾ ਰਹਿੰਦਾ ਹੈਗਾ ਇਹ ਕਹਿਣਾ ਸੁਜਿੰਦਰ ਸਿੰਘ ਰੰਧਾਵਾ ਦਾ ਇਹ ਹੋਇਆ ਕੀ ਹੈ ਦੋਵੇਂ ਆਪਸ ਦੇ ਵਿੱਚ ਲੜਕਿਓ ਪਏ ਨੇ ਕਾਂਗਰਸ ਪਾਰਟੀ ਦੇ ਵਾਸਤੇ ਸੁਰੀਲ ਜਾਖੜ ਨੇ ਉਹਨਾਂ ਨੇ ਬਹੁਤ ਕੰਮ ਕੀਤਾ ਪਰਿਵਾਰਕ ਕਰਕੇ ਇਸ ਕਰਕੇ ਕਹਿ ਸਕਦੇ ਕਿ ਚਾਹੇ ਉਹਨਾਂ ਦੀ ਜੇ ਕਹਿੰਦੇ ਨੇ ਰੂਹ ਕਾਂਗਰਸ ਚ ਹੋਣੀ ਹੈ ਜਿਸਮ ਭਾਜੀਪੀ ਦੇ ਵਿੱਚ ਹੈ ਨਾ ਹੁਣ ਸਵਾਲ ਜਿਹੜਾ ਹੁਣ ਆ ਗਿਆ ਸੁਪਾਲ ਸਿੰਘ ਖਹਿਰੇ ਵਾਲਾ ਮਸਲਾ ਤੇ ਕੋਈ ਸੁਪਾਲ ਸਿੰਘ ਖਹਿਰੇ ਵਾਲੇ ਮਸਲੇ ਚ ਪੰਜਾਬ ਜੀ ਦੰਤਾ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਪੰਜਾਬ ਸਰਕਾਰ ਨੇ ਤੱਕਾ ਕੀਤਾਗਾ ਅੱਧੀ ਰਾਤ ਤੁਸੀਂ 2:30 ਵਜੇ ਪਰਚਾ ਦਰਜ ਕਰ ਰਹੇ ਹੋ ਔਰ ਉਹ ਵੀ ਜਾ ਕੇ ਜਿਹੜੀ ਧਾਰਾ 195A ਲਾਈ ਆ ਉਹ ਵੀ ਬੜੀ ਜਿਹੜਾ ਕੋਡ ਦਾ ਅਧਿਕਾਰ ਆ ਠੀਕ ਹੈ ਉਹਨਾਂ ਨੇ ਜ਼ਮਾਨਤ ਮੰਗਿਆ ਅਦਾਲਤ ਨੇ ਦਿੱਤਾ ਨਹੀਂ ਹੁਣ 14 ਦਿਨ ਜੁਡੀਸ਼ਲੀ ਉਹ ਪਰਿਵਾਰ ਫਿਰ ਹਾਈ ਕੋਰਟ ਦੇ ਵਿੱਚ ਚਲੇ ਜਾਣਗੇ ਹੋ ਸਕਦਾ ਹੈ ਕਿ ਜਿੱਦਨ ਫਿਰ ਜ਼ਮਾਨਤ ਮਿਲ ਜੇ ਦੋ ਪਰਚੇ ਉਹਨਾਂ ਦੇ ਫਿਰ ਦਰਜ ਨੇ ਉਹ ਕੱਢ ਲੈਣਗੇ ਜਿਹੜਾ ਇੱਕ ਐਸ ਡੀ ਐਮ ਨੂੰ ਸਰਕਾਰ ਨੇ ਐਸ ਡੀ ਐਮ ਤੇ ਪਰ ਦਬਾਅ ਪਾ ਦਿੱਤਾ ਹੈਗਾ ਕਿ ਮੈਨੂੰ ਸੁਖਪਾਲ ਸਿੰਘ ਕਹਿ ਰਹੇ ਨੇ ਪੜਕਾਇਆ ਉਹ ਧਰਾਇਆ ਤਾਂ ਧਮਕਾਇਆ ਜਾਂਦਾ ਕਿ ਉਹ ਸਾਰੀ ਦੁਨੀਆ ਨੂੰ ਪਤਾ ਹੈ ਕਿ ਉਹ ਪੂਰੀ ਦੁਨੀਆ ਦੇ ਸਾਹਮਣੇ ਉਹ ਮੈਸੇਜ ਗੱਲ ਕਰ ਰਹੀ ਸੀ ਉਹ ਸਾਰਿਆਂ ਨੂੰ ਪਤਾ ਉਹਦੇ ਧਮਕਾਉਣ ਵਾਲੀ ਗੱਲ ਹੀ ਲੇਕਿਨ ਸੁਖਪਾਲ ਸਿੰਘ ਖਹਿਰਾ ਆਮ ਆਦੀ ਪਾਰਟੀ ਨੂੰ ਚੁੱਭਦੇ ਆ ਗਏ ਨੇ ਇਸ ਕਰਕੇ ਉਹਨਾਂ ਨੂੰ ਸਰਕਾਰ ਚਾਹੁੰਦੀ ਕਿ ਜੇਲ੍ਹ ਦੇ ਵਿੱਚ ਹੀ ਰਹਿਣ ਪਰ ਉਹ ਪੰਜਾਬ ਦੀ ਜਨਤਾ ਨੇ ਕਹਿਣਾ ਸ਼ੁਰੂ ਕਰਤਾ ਕਿ ਪੰਜਾਬ ਸਰਕਾਰ ਧੱਕਾ ਕਰ ਰਹੀ ਹੁਣ ਸੁਨੀਲ ਜਾਖੜ ਦੀ ਤੇ ਸੁਖਜਿੰਦਰ ਸਿੰਘ ਰੰਧਾਵਾ ਦੀ ਕਿਉਂ ਖੜਕੀਆ ਕਿਉਂਕਿ ਜਲੰਧਰ ਫੇਰੀ ਦਰਾੜ ਸੁਨੀਲ ਜਾਖੜ ਨੇ ਕਿਹਾ ਕਿ ਅਸਲ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਦੀ ਬਲੀ ਦਾ ਬੱਕਰਾ ਬਣਾਇਆ ਗਿਆ ਕਿਉਂ ਕਿ ਉਹ ਉਹਨੇ ਰੋਲਾ ਪਾਉਣਾ ਸੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਕਾਂਗਰਸ ਦਾ ਗੱਠ ਜੋੜਨਾ ਹੋਵੇ ਇਸ ਕਰਕੇ ਦੋਨਾਂ ਨੇ ਕਾਂਗਰਸੀਆਂ ਨੇ ਉਹਦੀ ਬਲੀ ਦੇ ਦਿੱਤੀ ਹੈਗੀ ਆ ਇਸ ਕਰਕੇ ਹੁਣ ਸੁਖਜ ਬਾਕੀ ਤੇ ਕੋਈ ਬੋਲੇ ਨਹੀਂ ਨਾ ਪ੍ਰਤਾਪ ਸਿੰਘ ਬਾਦਵਾ ਸਾਹਿਬ ਬੋਲੇ ਹੁਣ ਤੱਕ ਜਦੋਂ ਆਪਾਂ ਹੁਣ ਗੱਲ ਕਰ ਰਹੇ ਨਾ ਰਾਜਾ ਮਰਿੰਦਰ ਸਿੰਘ ਵੜਿੰਗਲ ਸੁਖਜਿੰਦਰ ਸਿੰਘ ਰੰਧਾਵਾ ਕੋ ਰਿਆ ਨਹੀਂ ਗਿਆ ਉਹਨਾਂ ਨੇ ਉਹਨੂੰ ਘੇਰ ਲਿਆ ਵੀ ਤੈਨੂੰ ਤੇ ਬੋਲਣ ਦਾ ਹੱਕ ਨਹੀਂ ਹੈ ਭਰਾਵਾ ਤੁਸੀਂ ਤੇ ਇੰਨੇ ਪਰਾਣਾ ਟੱਬਰ ਸੀ ਕਾਂਗਰਸ ਪਾਰਟੀ ਤੁਸੀਂ ਉਸ ਟੱਬਰ ਨੂੰ ਉਹਨਾਂ ਦੀ ਪਿੱਠ 'ਚ ਛੁਰਾ ਮਾਰਿਆ ਜਿਸ ਕਾਂਗਰਸ ਟੱਬਰ ਨੇ ਤੁਹਾਨੂੰ ਬਹੁਤ ਕੁਝ ਦਿੱਤਾ ਤੁਹਾਨੂੰ ਪਾਰਲੀਮੈਂਟ ਮੈਂਬਰ ਬਣਾਇਆ ਤੁਹਾਡੇ ਪਿਤਾ ਜੀ ਨੂੰ ਬੜੀਆਂ ਵੱਡੀਆਂ-ਵੱਡੀਆਂ ਕੁਰਸੀਆਂ ਦਿੱਤੀਆਂ ਨੇ ਸੈਂਟਰ ਦੇ ਵਿੱਚ ਇਹ ਤੁਸੀਂ ਸਾਨੂੰ ਨਸੀਹਤ ਦਿਓ ਤੁਸੀਂ ਬੀਜੇਪੀ ਸੁਭਾਲ ਅਸਲ ਜੇ ਸ੍ਰੀਨ ਜਾਖੜ ਉਹ ਸੁਖਿੰਦਰ ਸਿੰਘ ਰੰਧਾਵਾ ਦੀ ਵੀ ਘਾਟ ਹੀ ਬੰਦੀ ਆ ਜਦੋਂ ਦੇ ਬੀਜੇਪੀ ਛੱਡੇ ਕਿਉਂਕਿ ਜਿੱਦਣ ਨਵਜੋਤ ਸਿੰਘ ਸਿੱਧੂ ਨੂੰ ਸਜ਼ਾ ਹੋਈ ਸੀ ਔਰ ਉਸ ਤੋਂ ਬਾਅਦ ਜਿੱਦਣ ਇਹਨਾਂ ਨੇ ਕਾਂਗਰਸ ਛੱਡ ਕੇ ਬੀਜੇਪੀ ਜੁਆਇਨ ਕਰ ਲਿਆ ਉਹਦਣ ਵੀ ਸੁਖਜਿੰਦਰ ਸਿੰਘ ਰੰਧਾਵਾ ਨੇ ਬੜੇ ਤਿੱਖੇ ਸ਼ਬਦ ਬੋਲੇ ਹਾਲਾਂਕਿ ਉਹ ਉਹ ਵੀ ਸ਼ਬਦਾਂ ਤੇ ਗੁਰੇਜ਼ ਕਰ ਦਿੰਦੇ ਕਿ ਕੇਵਲੇ ਅਜਿਹੇ ਸ਼ਬਦ ਤੁਸੀਂ ਬੋਲ ਦਿੰਦੇ ਹੋ ਫਿਰ ਉਹ ਸ਼ਬਦ ਵਾਪਸ ਨਹੀਂ ਆਉਂਦੇ ਹੈਗੇ ਉਹ ਤਿੱਖੇ ਬੋਲ ਬੋਲ ਦਿੱਤੇ ਹੈਗੇ ਉਹਨਾਂ ਦੀ ਇਸ ਕਰਕੇ ਆਪਸ ਦੇ ਵਿੱਚ ਖੜਕਦੇ ਦੀ ਰਹਿੰਦੀ ਹੈਗੀਆ ਹਾਲਾਂਕਿ ਜਦੋਂ ਇਹ ਹਾਰ ਗਏ ਸੀ 2017 ਦੇ ਵਿੱਚ ਪੂਰੀ ਕਾਂਗਰਸ ਜਿੱਤ ਗਈ 75 77 ਸੀਟਾਂਆਂ ਸੀ ਇਹਨਾਂ ਦੀ ਅਬੋਰ ਤੋਂ ਕਾਂਗਰਸ ਇਹ ਹਾਰ ਗਏ ਸੁਨੀਲ ਜਾਖੜ ਫਿਰ ਜਦੋਂ ਬਾਈਲੈਕਸ਼ਨ ਹੋਈ ਹੈ ਗੁਰਦਾਸਪੁਰ ਦੀ ਤਾਂ ਸੁਖਜਿੰਦਰ ਸਿੰਘ ਰੰਧਾਵਾ ਹੋਣਾ ਦਾ ਹੀ ਗਰੁੱਪ ਸੀ ਜਿਹੜੇ ਇਹਨਾਂ ਨੂੰ ਲੈ ਕੇ ਗਏ ਸੀ ਸੁਨੀਲ ਜਾਖੜ ਨੂੰ ਤੇ ਬਾਈ ਇਲੈਕਸ਼ਨ ਦੇ ਵਿੱਚ ਸੁਨੀਲ ਜਾਖੜ ਨੂੰ ਜਿਤਾਇਆ ਸੀ ਹਾਲਾਂਕਿ ਸੁਖਜਿੰਦਰ ਸਿੰਘ ਰੰਧਾਵਾ ਦੇ ਪਿਤਾ ਸੰਤੋਖ ਸਿੰਘ ਰੰਧਾਵਾ ਸਾਹਿਬ ਨੂੰ ਫਿਰੋਜ਼ਪਰੀਆ ਨੇ ਹਰਾ ਦਿੱਤਾ ਸੀ ਪਰ ਜਾਖੜ ਹੋਣਾ ਨੂੰ ਮਾਜੇ ਦੇ ਕਾਂਗਰਸੀਆਂ ਨੇ ਜਿਤਾਇਆਗਾ ਇਸ ਕਰਕੇ ਇਹਨਾਂ ਦੀ ਆਪਸ ਦੇ ਵਿੱਚ ਵੀ ਹੈ ਟਸਲ ਹੈ ਪਰ ਅਸਲ ਉਦੋਂ ਦੀ ਹੈ ਜਦੋਂ ਦੀ ਦੁਵਾਰਾ ਸੀਐਮ ਬਰੋਣਾ ਸੀਗਾ ਕੈਪਟਨ ਲੌਨ ਤੋਂ ਬਾਅਦ ਵੀ ਇੱਕ ਸੀਐਮ ਦੀ ਲੜਾਈ ਹੋ ਗਈ ਦੋਨਾਂ ਦੇ ਵਿੱਚ ਵੀ ਸੀਐਮ ਕਿੰਨੂੰ ਬਰੋਣਗੇ ਉਦੋਂ ਬਾਅਦ ਇਹਨਾਂ ਦੇ ਆਪਸ ਦੇ ਵਿੱਚ ਜਿਹੜੀ ਇੱਕ ਦੂਜੇ ਦਾ ਬਿਆਨ ਬਾਜੀ ਉਹ ਜ਼ਿਆਦਾ ਤਿੱਖੀ ਨਹੀਂ ਹੈਗੀ ਕਈ ਹੈ ਕਿ ਬਹੁਤ ਸਾਰੇ ਕਾਰਨ ਹੋ ਸਕਦੇ ਨੇ ਕਈ ਹੁੰਦੇ ਕਿ ਆਪਣੀ ਪੜਾਅਸ ਕੱਢ ਲਓ ਕਈ ਕਹਿੰਦੇ ਕਿ ਮੌਕਾ ਹੁੰਦੇ ਹੈਗੇ ਨੇ ਸੁਖਜਿੰਦਰ ਸਿੰਘ ਰੰਧਾਵਾ ਉਹ ਲੀਡਰ ਹੈ ਜਿਹੜੇ ਕਹਿੰਦੇ ਕਿ ਮੌਕਾ ਹੈ ਮੌਕੇ ਤੇ ਪੜਾਅਸ ਕੱਢ ਲੋ ਉਹ ਕਹਿੰਦਾ ਕਿ ਫਾਇਦਾ ਕੀ ਤੁਸੀਂ ਆਪਣੇ ਦੱਬ ਕੇ ਰੱਖੋ ਗੱਲ ਨਾ ਪਰ ਕਈ ਜਿਹੜੀ ਇਹ ਹੁਣ ਟਸਲਾ ਹਾਲਾਂਕਿ ਉਹ ਅਜਾ ਹਲੇ ਤੱਕ ਸੁਨੀਲ ਜਾਖੜ ਸਾਹਿਬ ਹੋਣੇ ਜਵਾਬ ਨਹੀਂ ਦਿੱਤਾ ਲੇਕਿਨ ਸੁਖਪਾਲ ਸਿੰਘ ਖਹਿਰਾ ਦਾ ਮਸਲਾ ਆ ਗਿਆ ਕਿ ਇਸ ਮਸਲੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਵਰਕਰ ਤੋਂ ਲੈ ਕੇ ਹਾਈ ਕਮਾਂਡ ਤੱਕ ਅਸੀਂ ਸੁਖਪਾਲ ਸਿੰਘ ਖਹਿਰਾ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਹੁਣ ਸਵਾਲ ਹੈ ਕਿ ਖੜੇ ਹੈ ਤੇ ਫਿਰ ਪਰ ਖੜੇ ਖੜੇ ਕਿੱਥੇ ਨੇ ਵੇਹੇ ਖੜੇ ਕਾਂਗਰਸ ਪਾਰਟੀ ਖੜੀ ਕਿੱਥੇ ਆ ਟਵੀਟ ਤੇ ਪੀ ਟਵੀਟ ਕਰ ਦਿੱਤਾ ਫੇਸਬੁੱਕ ਤੇ ਲਿਖ ਦਿੱਤਾ ਟਵਿੱਟਰ ਤੇ ਲਿਖ ਦਿੱਤਾ ਉੱਥੇ ਖੜੀ ਆ ਹੁਣ ਤਾਂ ਇਹ ਚਾਹੀਦਾ ਕਿ ਜਿਨ੍ਹਾਂ ਲੋਕਾਂ ਨੂੰ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਫੜਿਆ ਸੀ ਤੁਸੀਂ ਧਰਨੇ ਲਾਉਂਦੇ ਰਹੇ ਤੇ ਜਿਹਦੀ ਆਵਾਜ਼ ਬੰਦ ਕੀਤੀ ਜਾ ਰਹੀ ਆ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੁਸੀਂ ਉਹਦੇ ਹੱਕ ਦੇ ਵਿੱਚ ਧਰਨਾ ਕਿਉਂ ਨਹੀਂ ਲਗਾਏ ਤੁਸੀਂ ਕਿਹਾ ਸੀ ਹੁਣੇ ਕਿ ਸੁਖਪਾਲ ਸਿੰਘ ਖੈਰਾ ਨਾ ਆਮਾਦੀ ਪਾਰਟੀ ਚੁੱਪਦੇ ਜਰੂਰ ਨੇ ਕੀ ਕਾਂਗਰਸ ਪਾਰਟੀ ਨੂੰ ਵੀ ਸੁਖਪਾਲ ਸਿੰਘ ਖੈਰਾ ਚੁੱਪਦੇ ਨੇ ਇਹ ਹਰ ਹਰ ਫੀਲਡ ਦੇ ਵਿੱਚ ਹੁੰਦਾ ਨਾ ਹਰ ਇੱਕ ਨੂੰ ਜੈਲਸੀ ਹੁੰਦੀ ਆ ਇੱਕ ਪਰਸਟਾ ਪਰਸਨੈਲਿਟੀ ਕਲੈਸ਼ ਤੇ ਹੁੰਦਾ ਹੀ ਹੈ ਨਾ ਕਾਂਗਰਸ ਪਾਰਟੀ ਹੋਵੇ ਜਾਂ ਅਕਾਲੀ ਦਲ ਹੋਵੇ ਜਾਂ ਭਾਜਪਾ ਚੋ ਹੋਵੇ ਨਾ ਸਾਰੇ ਹੁੰਦੇ ਨੇ ਕਿ ਕਿਤੇ ਉਹ ਨਾ ਮੇਰੇ ਨਾਲੋਂ ਅੱਗੇ ਨਿਕਲ ਜੇ ਕੋਈ ਉਹ ਨਾ ਮੇਰੇ ਤੋਂ ਜ਼ਿਆਦਾ ਕਿਤੇ ਉਹਨੂੰ ਨਾ ਕੁਰਸੀ ਮਿਲ ਜੇ ਨਾ ਇਸ ਕਰਕੇ ਕੋਈ ਸੁਪਾਲ ਸਿੰਘ ਕਹਿ ਰਿਹਾ ਤਿੰਨ ਦਫਾ ਐ ਐਮਐਲਏ ਨੇ ਫਿਰ ਆਲ ਇੰਡੀਆ ਕਾਂਗਰਸ ਜਿਹੜਾ ਕਿਸਾਨ ਸਹਿਲਾ ਉਹਦੇ ਚੇਅਰਮੈਨ ਨਾਮ ਤੇ ਵੱਡਾ ਇੱਕ ਬਲਾਰਾ ਚੰਗਾ ਇੱਕ ਤੱਥਾਂ ਦੀ ਗੱਲ ਕਰਦੇ ਆਗੇ ਨੇ ਪਰ ਕਾਂਗਰਸ ਪਾਰਟੀ ਨੂੰ ਉਸ ਨੂੰ ਲੈ ਕੇ ਸੰਘਰਸ਼ ਕਰਨਾ ਚਾਹੀਦਾ ਸੀ ਸੁਪਾਲ ਸਿੰਘ ਖਹਿਰ ਅਧਿਅਕ ਚ ਲੇਕਿਨ ਪਤਾ ਨਹੀਂ ਕਿ ਕਾਂਗਰਸ ਪਾਰਟੀ ਨੂੰ ਇੰਨੀ ਜ਼ਿਆਦਾ ਠੰਡ ਲੱਗਦੀ ਹੈਗੀ ਹੈ ਕਿ ਉਹਨਾਂ ਨੂੰ ਰਜਾਈਆਂ ਨਹੀਂ ਛੱਡ ਰਹੀਆਂ ਹੈਗੀਆਂ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਅਸੀਂ ਅੱਜ ਤਿੰਨ ਮੁੱਦਿਆਂ ਤੇ ਗੱਲ ਕੀਤੀ ਤੁਹਾਨੂੰ ਇਹ ਤਿੰਨੋਂ ਮੁੱਦੇ ਕਿਵੇਂ ਲੱਗੇ ਆਪਣੀ ਰਾਏ ਸਾਨੂੰ ਜਰੂਰ ਭੇਜੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਸਾਨੂੰ ਦੋ ਆ ਗਿਆ ਧੰਨਵਾਦ